ਸੰਗਤ ਨਾਲ ਖੜੀ ਹੈ, ਕਿਸਾਨ ਆਗੂ ਨਾਲ ਖੜੇ ਨੇ। ਸਾਡੇ ਵਕੀਲ ਸਾਹਿਬਾਂ ਨੇ ਰੋਹਿਤ ਜੈਨ ਜੀ ਹੈ ਨਾ, ਜਿਹਨੂੰ ਬੜੇ 5 ਸਾਲ ਤੋਂ ਸਾਡੇ ਅੰਬਾਲੇ ਦੇ ਕੇਸ ਸਾਡੇ ਲੜ ਰਹੇ ਨੇ। ਆਹ ਬਾਬਾ ਜੀ ਪਿਆਰ ਆ, ਮੋਟੀਵੇਸ਼ਨ ਆ, ਹੈ ਨਾ, ਜਿਹੜੀ ਸਾਨੂੰ ਲੜਨ ਪਿੱਛੇ ਮਜਬੂਰ ਕਰਦੀ ਆ, ਅੱਗੇ ਰਹਿਣ ਪਿੱਛੇ, ਆਪਣੀ ਕੌਮ ਪਿੱਛੇ ਖੜਨ ਪਿੱਛੇ ਮਜਬੂਰ ਕਰਦੀ ਆ, ਤੇ ਵਧੀਆ ਮੋਟੀਵੇਸ਼ਨ ਮਿਲਦੀ ਆ। ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਬਾਬਾ ਜੀ, ਦੇਣਾ ਨੀ ਸੰਗਤ ਦਾ ਦੇ ਸਕਦੇ। 2 ਸਾਲ ਲੱਗ ਜਾਂਦੇ ਘੱਟੋ ਘੱਟ ਵੀ ਜੇਲ੍ਹ ਚ ਆਉਣ ਚੋਂ, ਵੀ ਜਿੰਨੇ ਕੇਸ ਇਹਨਾਂ ਨੇ ਪਾਏ ਹੋਏ ਸੀਗੇ, ਪਰ 4 ਮਹੀਨੇ ਚੋਂ ਵੀ ਹਾਂ ਚਾ ਸੰਗਤ ਦੀ ਕੋਲ ਨੇ, ਵੀ ਸੰਗਤ ਪੂਰੇ ਡਟ ਕੇ ਨਾਲ ਖੜੀ ਆ, ਤੇ 4 ਮਹੀਨੇ ਚ ਅਸੀਂ ਬਾਹਰ ਵੀ ਆ ਗਏ, ਤੇ ਸਾਰਿਆਂ ਦਾ ਧੰਨਵਾਦ ਕਰਦੇ। ਤੁਸੀਂ ਜ਼ਿਕਰ ਕੁਲਵਿੰਦਰ ਕੌਰ ਦਾ ਵੀ ਕੀਤਾ, ਜਿਹਨੇ ਕੰਗਣਾ ਰਣੌਤ ਦੇ ਉੱਤੇ ਜਿਹਨਾਂ ਨੂੰ ਥੱਪੜ ਮਾਰਿਆ, ਹਾਲਾਂਕਿ ਉਸ ਨੂੰ ਸਸਪੈਂਡ ਵੀ ਕੀਤੇ, ਗੱਲ ਦੀ ਗੱਲ ਸਾਹਮਣੇ ਆਈ, ਫਿਰ ਉਸਦਾ ਇਹ ਕਿਹਾ ਗਿਆ ਕਿ ਉਸ ਨੂੰ ਬਦਲੀ ਕਰਕੇ ਉਸਦੇ ਹਸਬੈਂਡ ਦੇ ਨਾਲ ਬੰਗਲੌਰ ਭੇਜ ਦਿੱਤਾ ਗਿਆ। ਇਹ ਸਾਡੀ ਮੋਟੀਵੇਸ਼ਨ ਨੇ, ਸਿੱਖਣਾ ਚਾਹੀਦਾ ਹੈ ਨਾ, ਵੀ ਹਾਂ ਕਿਵੇਂ ਉਹਨਾਂ ਨੇ ਵੀ ਸਾਡੇ ਮਾਇਆ ਦੇ ਖਿਲਾਫ਼ ਬੋਲਿਆ ਸੀ, ਉਹਨਾਂ ਨੇ ਆਪਣੇ ਦਿਲ ਚ ਰੱਖਿਆ, ਜਦੋਂ ਮੌਕਾ ਮਿਲਿਆ ਉਹ ਮੌਕਾ ਵੀ ਦੇਖੋ ਵਾਹਿਗੁਰੂ ਨੇ ਕਿਵੇਂ, ਜਦੋਂ MP ਬਣੇ, ਹੈ ਨਾ, ਵੀ ਉਦੋਂ ਉਹਨਾਂ ਨੇ, ਕਿਉਂਕਿ ਦੇਸ਼ ਦੀ ਰਾਜਨੀਤੀ ਦਾ ਪੱਧਰ ਇੰਨਾ ਕੁ ਗਿਰ ਚੁੱਕਿਆ ਹੈ ਨਾ, ਵੀ ਜਿਹੜੇ ਦੇਸ਼ ਨਫ਼ਰਤ ਦੀ ਰਾਜਨੀਤੀ ਕਰਨਾ ਚਾਹੁੰਦੇ ਉਹਨਾਂ ਨੂੰ MP ਬਣਾਇਆ ਜਾ ਰਿਹਾ ਹੈ ਨਾ, ਤੇ ਉਹ ਚਪੇੜ ਉਸ, ਮਤਲਬ ਜਿਹੜੇ ਨਫ਼ਰਤ ਦੀ ਰਾਜਨੀਤੀ ਕਰਨਾ ਚਾਹੁੰਦੇ ਨੇ ਉਹਨਾਂ ਦੇ ਮੂੰਹ ਤੇ ਉਹ ਚਪੇੜ ਸੀਗੀ।